ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਆਪਾਂ ਕਰੇਲੇ ਬਣਾਉਣ ਲੱਗੇ ਹਾਂ। ਇਹਦੇ ਲਈ ਬਹੁਤ ਰਿਕੁਐਸਟ ਆਈ ਸੀ ਤੇ ਕਰੇਲੇ ਜਿਹੜੇ ਆ ਆਪਾਂ ਭਰਮੇ ਕਰੇਲੇ ਬਣਾਵਾਂਗੇ ਤੇ ਇਹਦੇ ਵਾਸਤੇ ਆਪਾਂ ਜੋ ਜੋ ਲਿਆ ਆ ਆਪਾਂ ਉਹਨੂੰ ਇੱਕ ਵਾਰੀ ਦੇਖ ਲੈਂਦੇ ਹਾਂ। ਕਰੇਲਿਆਂ ਦੇ ਲਈ ਆਪਾਂ ਅੱਧਾ ਕਿਲੋ ਕਰੇਲੇ ਲਏ ਆ ਤੇ ਕਰੇਲਿਆਂ ਨੂੰ ਹੁਣ ਆਪਾਂ ਛਿੱਲ ਲੈਣਾ ਆ ਤੇ ਛਿੱਲ ਕੇ ਜਿਹੜੇ ਇਹਨਾਂ ਦੇ ਬੀਜ ਆ ਉਹ ਕੱਢ ਲੈਣੇ ਆ ਤੇ ਇਹਨਾਂ ਨੂੰ ਆਪਾਂ ਲੂਣ ਲਾ ਕੇ ਰੱਖਾਂਗੇ 15-20 ਮਿੰਟ ਵਾਸਤੇ। ਇਸ ਤੋਂ ਇਲਾਵਾ ਇੱਕ ਆਪਾਂ ਅੰਬੀ ਲਈ ਆ, ਕੱਚੀ ਅੰਬੀ, ਇਹ ਅੰਬੀ ਵਿੱਚ ਆਪਾਂ ਪਾਵਾਂਗੇ। ਦੋ ਹਰੀਆਂ ਮਿਰਚਾਂ ਨੇ ਤੇ ਦੋ ਟਮਾਟਰ ਨੇ। ਟਮਾਟਰ ਆਪਾਂ ਥੋੜੇ ਘੱਟ ਹੀ ਪਾਏ ਆ ਕਿਉਂਕਿ ਆਪਾਂ ਅੰਬੀ ਦੀ ਵੀ ਨਾਲ ਪਾਣੀ ਆ। ਥੋੜਾ ਆਪਾਂ ਧਨੀਆ ਲਿਆ ਆ ਤੇ 5-6 ਵੱਡੇ ਪਿਆਜ਼ ਜਿਹੜੇ ਮੈਂ ਇਸ ਤਰੀਕੇ ਬਰੀਕ ਬਰੀਕ ਕੱਟ ਲਏ ਆ ਤੇ ਹੁਣ ਆਪਾਂ ਕੀ ਕਰਨਾ ਆ, ਇਹ ਜਿਹੜੀਆਂ ਸਮਾਨ ਆ ਸਾਡਾ ਇਹਨੂੰ ਆਪਾਂ ਢੱਕ ਕੇ ਰੱਖ ਦੇਣਾ ਸਾਈਡ ਤੇ ਤੇ ਜਿਹੜੇ ਸਾਡੇ ਕਰੇਲੇ ਆ ਇਹਨਾਂ ਨੂੰ ਆਪਾਂ ਛਿੱਲ ਕੇ ਤਿਆਰ ਕਰ ਲੈਂਦੇ ਆ। ਕਰੇਲਿਆਂ ਨੂੰ ਆਪਾਂ ਜਿੱਦਾਂ ਆਲੂ ਛਿੱਲਣ ਵਾਲੀ ਹੁੰਦੀ ਆ ਇਹਦੇ ਨਾਲ ਮੈਂ ਛਿੱਲਣਾ ਆ ਤੇ ਤੁਸੀਂ ਚਾਹੋ ਤਾਂ ਕਰਦ ਨਾਲ ਵੀ ਛਿੱਲ ਸਕਦੇ ਹੋ। ਇਹਦੇ ਨਾਲ ਥੋੜਾ ਸੌਖੇ ਤਰੀਕੇ ਨਾਲ ਇਹ ਛਿੱਲੇ ਜਾਂਦੇ ਆ। ਸਾਰੇ ਜਿਹੜੇ ਸਾਡੇ ਕਰੇਲੇ ਆ ਆਪਾਂ ਇਸੇ ਤਰੀਕੇ ਦੇ ਨਾਲ ਇਹਨਾਂ ਨੂੰ ਛਿੱਲ ਕੇ ਛਿੱਲ ਲੈਣਾ ਆ। ਸਾਰੇ ਜਿਹੜੇ ਕਰੇਲੇ ਆ ਆਪਾਂ ਛਿੱਲ ਕੇ ਤਿਆਰ ਕਰ ਲਏ ਆ। ਹੁਣ ਇਹਦੀ ਜਿਹੜੇ ਸਾਈਡ ਤੋਂ ਆਪਾਂ ਇੱਦਾਂ ਪੂੰਛਾਂ ਜਿਹੀਆਂ ਜਿਹੜੀਆਂ ਥੋੜੀਆਂ ਕੱਟ ਦੇਣੀਆਂ ਆ ਤੇ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚ ਕੱਟ ਲੈਣਾ ਆ। ਲਾ ਕੇ ਆਪਾਂ ਇਹਨੂੰ ਇੱਦਾਂ ਖੋਲ ਲੈਣਾ ਆ। ਦੇਖੋ ਜੇ ਤੇ ਇਹਦੇ ਬੀਜ ਵਿੱਚੋਂ ਨਰਮ ਨੇ ਕਿ ਬੜੇ ਆਰਾਮ ਨਾਲ ਇੱਦਾਂ ਅੰਗੂਠੇ ਨੂੰ ਆਪਾਂ ਲਾਈਏ ਤੇ ਇੱਦਾਂ ਨਿਕਲ ਜਾਣ ਫਿਰ ਤਾਂ ਤੁਸੀਂ ਕੱਢ ਲੈਣਾ ਆ ਤੇ ਜੇ ਤੁਹਾਨੂੰ ਲੱਗੇ ਕਿ ਸਖਤ ਆ ਫਿਰ ਤੁਸੀਂ ਨਹੀਂ ਇਹਨੂੰ ਇਸ ਤਰੀਕੇ ਨਾਲ ਕੱਢਣਾ ਕਿਉਂਕਿ ਫਿਰ ਕੀ ਹੁੰਦਾ ਨੌ ਦੇ ਵਿੱਚ ਇਹ ਖੁੱਭ ਜਾਂਦੇ ਤੇ ਬਾਅਦ ਚੋਂ ਕਾਫੀ ਦਰਦ ਹੁੰਦੀ ਆ ਤੇ ਤੁਸੀਂ ਚਮਚ ਦੇ ਨਾਲ ਇੱਦਾਂ ਪਿਛਲਾ ਹਿੱਸਾ ਲੈ ਲੈਣਾ ਉਹਦਾ ਤੇ ਇਸ ਤਰੀਕੇ ਨਾਲ ਇਹਨੂੰ ਬੀਜ ਜਿਹੜੇ ਆ ਇਹਦੇ ਬਾਹਰ ਕੱਢ ਦੇ ਲੈਣਾ ਆ। ਬਾਕੀ ਵੀ ਜਿਹੜੇ ਕਰੇਲੇ ਆ ਉਹ ਇਸੇ ਤਰੀਕੇ ਦੇ ਨਾਲ ਆਪਾਂ ਉਹਨਾਂ ਨੂੰ ਇਹਦੇ ਜਿਹੜੇ ਬੀਜ ਆ ਕੱਟ ਲਾ ਕੇ ਕੱਢ ਲੈਣੇ ਆ ਤੇ ਜਿਹੜੇ ਕਰੇਲਿਆਂ ਦੇ ਬੀਜ ਨਰਮ ਹੋਊਗੇ ਉਹ ਬੀਜਾਂ ਨੂੰ ਸਾਈਡ ਦੇ ਉੱਤੇ ਆਪਾਂ ਕੌਲੀ ਦੇ ਵਿੱਚ ਪਾ ਕੇ ਰੱਖੀ ਜਾਣਾ ਆ। ਉਹ ਬੀਜ ਜਿਹੜੇ ਆਪਾਂ ਇਹਦੇ ਵਿੱਚ ਪਾਵਾਂਗੇ। ਪਹਿਲਾਂ ਚਮਚੇ ਦੇ ਨਾਲ ਚੰਗੀ ਤਰ੍ਹਾਂ ਉਹਨੂੰ ਹਿਲਾ ਲੈਣਾ ਬੀਜਾਂ ਨੂੰ ਚੰਗੀ ਤਰ੍ਹਾਂ ਇੱਦਾਂ, ਫਿਰ ਤੁਸੀਂ ਬਾਹਰ ਕੱਢਣਾ ਅੰਗੂਠੇ ਨਾਲ ਉਹ, ਫਿਰ ਕੀ ਆਰਾਮ ਨਾਲ ਇਹ ਬਾਹਰ ਨਿਕਲ ਜਾਂਦੇ ਆ। ਕਰੇਲੇ ਜਿਹੜੇ ਆ ਉਹਨਾਂ ਨੂੰ ਆਪਾਂ ਉਹਨਾਂ ਦੇ ਸਾਰੇ ਕਰੇਲਿਆਂ ਦੇ ਇੱਦਾਂ ਬੀਜ ਕੱਢ ਲਏ ਆ ਤੇ ਆਹ ਦੇਖੋ ਜਿਹੜੇ ਆਹ ਜ਼ਿਆਦਾ ਬੀਜ ਪੱਕੇ ਹੋਏ ਆ, ਇਹ ਬੀਜ ਜਿਹੜੇ ਆ ਮੈਂ ਤਾਂ ਨਹੀਂ ਪਾਉਂਦੀ ਪਰ ਕਈ ਪਾਉਂਦੇ ਆ, ਸਾਰੇ ਬੀਜ ਪਾ ਲੈਂਦੇ ਆ। ਤੁਸੀਂ ਆਪਣੇ ਹਿਸਾਬ ਨਾਲ ਜੇ ਤੁਸੀਂ ਪਾਉਂਦੇ ਹੋ ਬੀਜ ਪਹਿਲਾਂ ਕਰੇਲਿਆਂ ਦੇ ਵਿੱਚ ਤਾਂ ਤੁਸੀਂ ਪਾ ਸਕਦੇ ਹੋ। ਮੈਂ ਆਹ ਬੀਜ ਰੱਖੇ ਆ ਜਿਹੜੇ ਬਿਲਕੁਲ ਨਰਮ ਨੇ, ਇਹ ਜਿਹੜੇ ਬੀਜ ਆ ਆਪਾਂ ਕੁੰਡੇ ਦੇ ਵਿੱਚ ਪਾ ਕੇ ਕੁੱਟ ਲੈਣੇ ਆ ਤੇ ਜਿਹੜੇ ਆ ਸਾਡੇ ਕਰੇਲੇ ਆ ਹੁਣ ਇਹਨਾਂ ਕਰੇਲਿਆਂ ਦੇ ਉੱਤੇ ਆਪਾਂ ਲੂਣ ਲਾ ਦੇਣਾ ਆ ਇੱਦਾਂ ਸਹੀ ਤਰੀਕੇ ਦੇ ਨਾਲ ਚਾਰੇ ਤਰਫ ਤੋਂ, ਚਾਰੇ ਪਾਸੇ ਆਪਾਂ ਇੱਦਾਂ ਕਰੇਲਿਆਂ ਦੇ ਉੱਤੇ ਚੰਗੀ ਤਰ੍ਹਾਂ ਲੂਣ ਲਾ ਦੇਣਾ ਆ ਕਿਉਂਕਿ ਇਹ ਬਹੁਤ ਕੌੜੇ ਹੁੰਦੇ ਆ ਕਰੇਲੇ, ਇਸ ਕਰਕੇ ਜਦੋਂ ਆਪਾਂ ਇਹਨਾਂ ਦੇ ਉੱਤੇ ਲੂਣ ਲਾ ਕੇ ਇਸ ਤਰੀਕੇ ਦੇ ਨਾਲ ਆਪਾਂ 15-20 ਮਿੰਟ ਲਈ ਰੱਖਦੇ ਆ ਤਾਂ ਜਿਹੜਾ ਇਹਨਾਂ ਦੀ ਕੁੜੱਤਣ ਹੁੰਦੀ ਆ, ਕੌੜਾਪਨ ਹੁੰਦਾ ਆ ਉਹ ਨਿਕਲ ਜਾਂਦਾ ਆ। ਏਦਾਂ ਹੀ ਆਪਾਂ ਜਿਹੜੇ ਸਾਰੇ ਕਰੇਲਿਆਂ ਦੇ ਉੱਤੇ ਲੂਣ ਲਾ ਦੇਣਾ ਆ। ਕਰੇਲਿਆਂ ਦੇ ਉੱਤੇ ਆਪਾਂ ਲੂਣ ਲਾਤਾ ਆ ਤੇ ਲੂਣ ਲਾ ਕੇ ਹੁਣ ਆਪਾਂ ਇਹਨੂੰ 15-20 ਮਿੰਟ ਲਈ ਇਸੇ ਤਰੀਕੇ ਨਾਲ ਪਏ ਰਹਿਣ ਦੇਣਾ ਆ। ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦੀ ਆ ਕਿ ਜਿੱਦਾਂ ਜਿਹੜਾ ਆਪਾਂ ਕਰੇਲਿਆਂ ਦੇ ਉੱਤੋਂ ਛਿਲਕਾ ਉਤਾਰਿਆ ਆ ਤੇ ਕਈ ਘਰਾਂ ਦੇ ਵਿੱਚ ਇਹ ਕਿ ਜਿਹੜਾ ਛਿਲਕਾ ਆ ਇਹਨੂੰ ਵੀ ਨਾਲ ਬਣਾ ਲੈਂਦੇ, ਬਾਅਦ ਚੋਂ ਤੜਕਾ ਜਿਹਾ ਲਾ ਲੈਂਦੇ ਆ, ਪਰ ਮੈਂ ਇਹ ਨਹੀਂ ਪਾਉਣਾ ਆ। ਜੇ ਤੁਸੀਂ ਇਹਨੂੰ ਪਾਉਂਦੇ ਹੋ ਤਾਂ ਤੁਸੀਂ ਇਹਨੂੰ ਪਾ ਸਕਦੇ ਹੋ। ਹੁਣ ਕੀ ਕਰਾਂਗੇ ਆਪਾਂ, ਇਹ ਜਿਹੜੇ ਸਾਡੇ ਬੀਜ ਆ ਇਹਨਾਂ ਨੂੰ ਮੈਂ ਕੁੰਡ ਦੇ ਵਿੱਚ ਪਹਿਲਾਂ ਕੁੱਟ ਕੇ ਤਿਆਰ ਕਰ ਲੈਂਦੀ ਹਾਂ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਇਹਦੇ ਲਈ ਮਸਾਲਾ ਬਣਾਉਣਾ ਆ ਉਹ ਮਸਾਲਾ ਵੀ ਆਪਾਂ ਕੁੱਟ ਲੈਂਦੇ। ਤੇ ਜੇ ਤੁਹਾਡੇ ਕੋਲ ਕੁੰਡਾ ਨਹੀਂ ਤਾਂ ਤੁਸੀਂ ਮਿਕਸੀ ਦੇ ਵਿੱਚ ਵੀ ਇਹਨੂੰ ਥੋੜਾ ਜਿਹਾ ਪੀਸ ਸਕਦੇ ਹੋ ਤਾਂ ਜਾਂ ਤੁਸੀਂ ਇਹਨੂੰ ਵੇਲਣੇ ਦੇ ਨਾਲ ਵੀ ਭੰਨ ਸਕਦੇ ਹੋ।
बीज जेड़े आ साडे कोठ के तैयार हो गया ते इन्हां नूं आपां एक कौली च काट लेना है। हुण आपां प्याज पावांगे ते प्याज नूं भी आपां कोट लेना है। प्याज जेड़ा साडा कुट के तैयार हो गया है, मोटा मोटा आपां थोड़ा जिहा इहनूं कुटणा सी, इहनूं भी हुण आपां प्लेट विच कढ लैणा है। अद्धी अंबी मैं छिल ली है ते इह अंबी भी आपां इदां बरीक बरीक कट के इहनूं थोड़ा जिहा आपां मोटा मोटा कुट लैणा है। हरिया मिर्चा भी आपां इहदे विच ही कुट देणियां है। मेरे को दो प्याज आप हरे पाए थे, भूका भी आप कट लें। अंबी कुट लिया है ते हुण जिहड़े अपना करेले आ इन्हां नूं आप चेक कर लैंदे आ। देखो इन 15-20 मिनट हो गए इन्हां नूं रखे हुए ते इदां करेलिया ने जिहड़ा पानी छड्ड दिता है ते हुण आप इन्हां नूं धो लैंदे आ। आप इन्हां नूं इदां एक वड्डे भांडे च पा लैणा है। दो तीन बारी आपां पानी दे विच इहनूं चंगी तरह आपां धो के ते कपड़े दे नाल आपां करेलियां नूं साफ कर लैणा है। करेले जिहड़े आ आपां चंगी तरीके नाल उहनां नूं कपड़े दे नाल साफ कर लिया है ते हुण आपां करेलियां दे वास्ते मसाला बनाउण लगे हां। ते कढ़ाई मैं रख दित्ती है, इहदे विच आपां 1-1.5 चमचा जिहड़ा आपां तेल दा पाउणा है, इस तों ज़्यादा नहीं पाउणा ते इहनूं आपां थोड़ा जिहा साड़ लैंदे हां। साड़न तों बाद फिर आपां इहदे विच प्याज पावांगे। तेल साडा गर्म हो गया है, आपां इहदे च 1/2 चमचा जीरे का पा के नाल दी नाल प्याज पा दे। प्याज जिहड़ा साडा भुन हो गया है, इस तों ज़्यादा आपां प्याज नूं नहीं भुनणा क्योंकि जदों आपां करेलियां नूं तेल दे विच तलना है ते उदों भी कुछ भुन हो जाणे। हुण आपां जिहड़े इहदे बीज सीगे कुट्टे होए उह भी पा देणे आ ते नाल ही टमाटर पा देणे। टमाटरां नूं मैं बरीक बरीक कट्टिया आ, इहनां नूं वी आपां भुन लैंदे आ। टमाटर भी जिहड़ा साडा भुन्निया गया आ, हुण आपां इहदे विच कट्टी हुई जिहड़ी अंबी हरी मिर्च इह पा देणे। इहनूं आपां मिला के हुण आपां इहदे विच मसाले पा देंगे। हुण आपां इहदे विच पावांगे मसाले। लूण पा देंगे आपां 1/2 चमचा ते लूण तुसीं अपने स्वाद दे हिसाब नाल पाउणा है। थोड़ी जी आपां इहदे च हल्दी पावांगे ते लाल मिर्च 1/2 चमचा जिहड़ा है गर्म मसाले दा पावांगे। मिला देंगे आपां सारियां इहनां नूं। मिला के आपां बस 1-1.5 मिनट लई मसाले नूं भुनणा है ते फिर आपां इहनूं थल्ले तार लैणा है। थल्ले तार के आपां इहनूं थोड़ा ठंडा करांगे। ठंडा करके फिर आपां इहनूं करेलियां दे विच भर लैंदे आं। मसाला जिहड़ा साडा तैयार आ, हुण आपां इहदे विच हरा धनिया पा के एक वारी बना लैंदे आं ते इहनूं थल्ले तार लैंदे आं। हुण आपां की करना है, इहनूं प्लेट दे विच कढ लैणा आ ते कढ के इहनूं थोड़ा थोड़ा इदां खिलार लैणा आ तां कि जिहड़ा मसाला आ साडा फिर जल्दी ठंडा हो जाए। मसाला जिहड़ा साडा थोड़ा ठंडा हो गया आ, हुण आपां की करना आ चमचे की मदद नाल आपां इहदा करेलियां दे विच इहनां नूं भर लैणा आ। ओना ही मसाला आपां भरना आ कि करेले तों बाहर ना आवे मसाला, ते जे लगे कि मसाला बाहर आ रहा ते फिर उहनूं तुसीं थोड़ा जिहा कढ देणा आ ते रील दे धागे दे नाल इहनूं इदां लपेट देणा है ताकि जदों आपां करेलियां नूं तलीए ते मसाला जिहड़ा साडा उह बाहर ना निकले ते जिहड़ा उपर मसाला आऊगा उहनूं इदां आपां बाहर कढी जाणा है।
बाकी करेले भरन तो पहला आप जो सरों का तेल आ कड़ाई च पा दें ताकि जो तेल आ साडा सड़ जाए। कड़ाई में रख दी है उस कड़ाही दे विच आपां तेल पा देंगे। तेल नूं आपां चंगी तरह साड़ लेना है। इहदी जिहड़ी कुड़कण आ जो बिलकुल धुआं छड्डण लग जूगा तेल, उस तों बाद आपां तेल नूं थले तार लांगे। थले तार के इहनूं थोड़ा ठंडा करांगे। ठंडा करके उस तों बाद आपां इहदे विच करेले पाउणे शुरू करांगे। करेले जिहड़े आ साडे सारे भर के तैयार हो गए आ। इनू भी आपां चंगी तरह का बंद कर लेना है। जिहड़ा ये मसाला आ इनू भी मैं बाद चो दसूंगी कि तुसीं इनू की करना है। ते हुण आपां जिहड़ा तेल आ साडा वह तेल नूं भी आपां चैक कर लैंदे आ। तेल नूं आपां चंगी तरह साड़ के थोड़ा ठंडा कर लिया है। ते हुण आपां इनू चुल्हे ते रख लेना है। हुण करेले जिहड़े आपां पाउणे शुरू करने आ। ते जिहड़ी अग आ बहुत ज्यादा तेज नहीं करनी, अग जिहड़ी आ ठीक ठीक रखनी आ। ਉਹਦੇ ਨਾਲ ਕੀ ਹੋਊਗਾ ਕਿ ਜੇ ਜ਼ਿਆਦਾ ਤੇਜ਼ ਅੱਗ ਦੇ ਵਿੱਚ ਆਪਾਂ ਇਹਨੂੰ ਕਰਾਂ ਸੇਕਾਂਗੇ ਤੇ ਫਿਰ ਇਹ ਉੱਪਰੋਂ ਸਿੱਕ ਜੂਗੇ ਪਰ ਅੰਦਰੋਂ ਕੱਚੇ ਰਹਿ ਜੂਗੇ। ਕਰੇਲਿਆਂ ਨੂੰ ਜਦੋਂ ਇੱਦਾਂ ਤੁਸੀਂ ਤਲਣਾ ਆ ਤੇ ਇਸ ਤਰੀਕੇ ਦੇ ਨਾਲ ਉਹਦੇ ਵਿੱਚ ਚਮਚਾ ਜਿਹੜਾ ਘੁਮਾਉਂਦੇ ਰਹਿਣਾ ਆ ਹੌਲੀ ਹੌਲੀ। ਉਹਦੇ ਨਾਲ ਕੀ ਹੋਊਗਾ ਜਿਹੜੇ ਕਰੇਲੇ ਆ ਚਾਰੇ ਪਾਸਿਓਂ ਘੁੰਮ ਘੁੰਮ ਕੇ ਸਿੱਕੂਗੇ। ਅੱਠ ਨੌ ਮਿੰਟ ਹੋ ਗਏ ਆ ਕਰੇਲਿਆਂ ਨੂੰ ਫਰਾਈ ਹੁੰਦੇ ਹੋਏ ਤੇ ਹਲੇ ਵੀ ਪਰ ਆਪਾਂ ਇਹਨੂੰ ਦੋ ਤਿੰਨ ਮਿੰਟ ਤੱਕ ਹੋਰ ਇਹਨੂੰ ਆਪਾਂ ਤਲਣਾ ਆ। ਬਾਕੀ ਤੁਸੀਂ ਕੀ ਕਰਨਾ ਆ ਕਿ ਕਰੇਲੇ ਨੂੰ ਇੱਕ ਵਾਰੀ ਥੋੜਾ ਜਿਹਾ ਕੱਢ ਕੇ ਉਹਦੀ ਛਿਲਕ ਜਿਹੜੀ ਆ ਤੋੜ ਕੇ ਦੇਖ ਲੈਣੀ ਆ। ਕਈ ਵਾਰੀ ਕੀ ਹੁੰਦਾ ਕਿ ਕਈ ਕਰੇਲਿਆਂ ਦੀ ਜਿਹੜੀ ਛਿਲਕ ਹੁੰਦੀ ਆ ਉਹ ਥੋੜੀ ਮੋਟੀ ਹੁੰਦੀ ਹੈ ਤੇ ਕਈਆਂ ਦੀ ਪਤਲੀ ਹੁੰਦੀ ਹੈ। ਜਿਹੜੇ ਥੋੜੇ ਪਤਲੀ ਛਿਲਕ ਵਾਲੇ ਹੁੰਦੇ ਆ ਉਹ ਥੋੜੇ ਜਲਦੀ ਜਿਹੜੇ ਆ ਗਲ ਜਾਂਦੇ ਆ। ਤੇ ਤੁਸੀਂ ਚੈੱਕ ਕਰ ਲੈਣਾ ਇੱਕ ਵਾਰੀ ਕੱਢ ਕੇ। ਬਸ ਇਹਨੂੰ ਆਪਾਂ ਹੁਣ ਦੋ ਕੁ ਮਿੰਟ ਲਈ ਹੋਰ ਆਪਾਂ ਫਰਾਈ ਕਰਾਂਗੇ, ਉਸ ਤੋਂ ਬਾਅਦ ਆਪਾਂ ਇਹਨੂੰ ਬਾਹਰ ਕੱਢ ਲਾਂਗੇ। ਕਰੇਲੇ ਜਿਹੜੇ ਆ ਸਾਡੇ ਤਲੇ ਗਏ ਆ ਤੇ ਇਹਨਾਂ ਨੂੰ ਆਪਾਂ ਹੁਣ ਬਾਹਰ ਕੱਢ ਲੈਣਾ ਹੈ। ਥੋੜਾ ਜਿਹਾ ਇਸ ਤਰੀਕੇ ਨਾਲ ਕਰ ਲਾਂਗੇ। ਹੁਣ ਆਪਾਂ ਕੀ ਕਰਨਾ ਆ, ਜਿਹੜਾ ਸਾਡੇ ਕੋਲ ਮਸਾਲਾ ਬਚਿਆ ਆ ਇਹ ਮਸਾਲਾ ਵੈਸੇ ਤਾਂ ਆਪਾਂ ਚੰਗੀ ਤਰ੍ਹਾਂ ਭੁੰਨਿਆ ਹੋਇਆ ਆ, ਪਰ ਤੁਸੀਂ ਕੀ ਕਰਨਾ ਜਦੋਂ ਏਦਾਂ ਦਾ ਮਸਾਲਾ ਜਿਹੜਾ ਆਪਣਾ ਬਚ ਜਾਵੇ ਤਾਂ ਜਿਹਦੇ ਵਿੱਚ ਆਪਾਂ ਕਰੇਲੇ ਤਲਨੇ ਆ ਉਸ ਤੇਲ ਦੇ ਵਿੱਚੋਂ ਇੱਕ ਚਮਚਾ ਲੈ ਕੇ ਇਹ ਮਸਾਲੇ ਨੂੰ ਥੋੜਾ ਜਿਹਾ ਫਰਾਈ ਕਰ ਲੈਣਾ ਆ। ਉਹ ਤੇਲ ਦੇ ਵਿੱਚ ਜੇ ਆਪਾਂ ਇਹ ਮਸਾਲਾ ਫਰਾਈ ਕਰਕੇ ਕਰੇਲਿਆਂ ਦੇ ਨਾਲ ਖਾਈਏ ਤਾਂ ਇਹਦਾ ਜਿਹੜਾ ਸਵਾਦ ਆ ਮਸਾਲੇ ਦਾ ਬਹੁਤ ਹੀ ਜ਼ਿਆਦਾ ਵੱਧ ਜਾਂਦਾ ਹੈ। ਦੋ ਕੁ ਛੋਟੇ ਚਮਚ ਮੈਂ ਪਾ ਦਿੱਤਾ ਆ ਤੇਲ ਤੇ ਮਸਾਲੇ ਨੂੰ ਆਪਾਂ ਇਹਦੇ ਵਿੱਚ ਪਾ ਦੇਣਾ। ਤੇ ਸਿਰਫ ਆਪਾਂ ਇਹਨੂੰ ਇੱਕ ਕੁ ਮਿੰਟ ਲਈ ਏਦਾਂ ਭੁੰਨ ਲੈਣਾ ਆ। ਇੱਕ ਮਿੰਟ ਲਈ ਆਪਾਂ ਮਸਾਲੇ ਨੂੰ ਭੁੰਨ ਲਿਆ ਆ ਤੇ ਹੁਣ ਆਪਾਂ ਇਹਨੂੰ ਥੱਲੇ ਤਾਰ ਲੈਣਾ। ਇਹਨੂੰ ਆਪਾਂ ਇੱਕ ਕੌਲੀ ਚ ਕੱਢ ਲੈਂਦੇ ਆ। ਸਾਰੇ ਜਿਹੜੇ ਕਰੇਲੇ ਸੀ ਮੈਂ ਉਹਨਾਂ ਦੇ ਜਿਹੜੇ ਉੱਪਰੋਂ ਆਪਾਂ ਲਵੇਟ ਕੇ ਧਾਗਾ ਲਵੇਟਿਆ ਹੋਇਆ ਸੀ ਉਹ ਸਾਰੇ ਧਾਗੇ ਆਪਾਂ ਉਤਾਰ ਦਿੱਤੇ ਆ। ਜਦੋਂ ਤੁਸੀਂ ਇਹਨਾਂ ਨੂੰ ਸਰਵ ਕਰਨਾ ਆ ਧਾਗੇ ਪਹਿਲਾਂ ਲਾ ਲੈਣੇ ਆ ਤੇ ਇੱਕ ਵਾਰ ਡੋਂਗੇ ਚ ਇਹਨਾਂ ਨੂੰ ਰੱਖ ਲੈਣਾ ਆ ਤੇ ਨਾਲ ਹੀ ਜਿਹੜੇ ਆਪਾਂ ਉਹ ਮਸਾਲਾ ਬਣਾਇਆ ਆ ਆਪਾਂ ਉਹ ਵੀ ਨਾਲ ਰੱਖ ਲਿਆ ਆ। ਤੇ ਇਹਦੇ ਨਾਲ ਕਰੇਲਿਆਂ ਦੇ ਨਾਲ ਇੱਕ ਤਾਂ ਦਹੀਂ ਦੇ ਨਾਲ ਇਹਨੂੰ ਸਰਵ ਕੀਤਾ ਜਾਂਦਾ ਹੈ ਜਾਂ ਮੂੰਗੀ ਮਸਰਾਂ ਦੀ ਜਿਹੜੀ ਦਾਲ ਹੁੰਦੀ ਆ ਉਹ ਵੀ ਤੁਸੀਂ ਬਣਾ ਸਕਦੇ ਹੋ। ਜਿਹੜਾ ਵੀ ਜੋ ਵੀ ਚੀਜ਼ ਤੁਸੀਂ ਇਹਨੂੰ ਬੰਦੇ ਨਾਲ ਪਸੰਦ ਕਰਦੇ ਹੋ ਉਹ ਤੁਸੀਂ ਇਹਦੇ ਨਾਲ ਬਣਾ ਕੇ ਸਰਵ ਕਰੋ। ਇਸੇ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਬਣਾਇਓ ਤੇ ਖਾਇਓ। ਜੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ ਫੈਮਿਲੀ ਔਰ ਫਰੈਂਡਸ ਦੇ ਨਾਲ। ਚੈਨਲ ਨੂੰ ਜੇ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾਓ, ਚੈਨਲ ਦੇ ਨਾਲ ਜੁੜੋ, ਚੈਨਲ ਨੂੰ ਸਪੋਰਟ ਕਰੋ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਕੋਈ ਆਪਣੇ ਪਸੰਦ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਕਮੈਂਟ ਕਰੋ, ਜ਼ਰੂਰ ਆਪਾਂ ਬਣਾ ਕੇ ਦਿਖਾਵਾਂਗੇ। ਇਹ ਜ਼ਰੂਰ ਹੋ ਸਕਦਾ ਕਿ ਵੀਡੀਓ ਥੋੜੀ ਲੇਟ ਪਾਈਏ, ਪਰ ਵੀਡੀਓ ਜਿਹੜੀ ਆ ਜ਼ਰੂਰ ਬਣਾਵਾਂਗੇ। ਇਹ ਵੀ ਤਿੰਨ ਚਾਰ ਜਣਿਆਂ ਦੀ ਰਿਕੁਐਸਟ ਦੇ ਉੱਤੇ ਆਪਾਂ ਇਹ ਵੀਡੀਓ ਬਣਾਈ ਆ। ਤੇ ਜਿਨ੍ਹਾਂ ਜਿਨ੍ਹਾਂ ਨੇ ਕਰੇਲੇ ਬਣਾਉਣ ਲਈ ਕਿਹਾ ਸੀ ਵੀਡੀਓ ਦੇਖਣ ਤੋਂ ਬਾਅਦ ਸਾਰਿਆਂ ਨੇ ਆਪਣੇ ਘਰ ਦੇ ਵਿੱਚ ਕਰੇਲੇ ਬਣਾਉਣੇ ਆ ਤੇ ਬਣਾਉਣ ਤੋਂ ਬਾਅਦ ਮੈਨੂੰ ਕਮੈਂਟ ਕਰਨਾ ਆ ਕਿ ਕਰੇਲੇ ਕਿਵੇਂ ਦੇ ਬਣੇ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।